ਸੋ ਜਿਹੜੇ ਮੈਜ਼ਰਮੈਂਟ ਮੈਂ ਇਹ ਕਹਾਂ ਬਦਬਾ ਸਾਹਿਬ ਕਿ ਮੈਂ ਵਿਰੋਧ ਦੇ ਵਿੱਚ ਹਾਂ, ਵਿਰੋਧ ਕਰਕੇ ਵਿਰੋਧ ਕਰਾਂ, ਇਹ ਸਾਡੀ ਪਾਲਿਸੀ ਪਾਰਟੀ ਦਾ ਪਾਲਿਸੀ ਪ੍ਰੋਗਰਾਮ ਨਹੀਂ। ਜਿੱਥੇ ਕੋਈ ਐਪਰੀਸ਼ੀਏਟੇਬਲ ਕਾਜ਼ ਕੋਈ ਧਿਰ ਕਰੇਗੀ ਸਰਕਾਰ ਸਮੇਤ, ਉਹਨੂੰ ਐਪਰੀਸ਼ੀਏਟ ਕਰਾਂਗੇ। ਫਿਲਹਾਲ ਸਾਡੇ ਕੋਲ ਕੋਈ ਇਲਾਜ ਨਹੀਂ ਹੈਗਾ। ਹੁਣ ਤੁਸੀਂ ਦੇਖਿਆ ਦੋ ਦਿਨ ਦਾ ਜਿਹੜਾ ਬੰਦ ਕੀਤਾ ਇਹਨਾਂ ਨੇ ਲੋਕਡਾਊਨ, ਸੈਟਰਡੇ ਐਂਡ ਸੰਡੇ ਐਂਡ ਗਜਟਡ ਹੋਲੀਡੇ, ਉਹਦੇ 'ਚ ਹੋਇਆ ਕਿ ਐਡੀ ਵੱਡੀ ਹਾਸੋਹੀਣੀ ਸਥਿਤੀ ਪੈਦਾ ਹੋ ਗਈ। ਇਹ ਕਹਿਤਾ ਵੀ ਦੁਕਾਨਾਂ ਖੁੱਲ੍ਹਣਗੀਆਂ ਪਰ ਲੋਕਾਂ ਨੂੰ ਘਰੋਂ ਨਹੀਂ ਨਿਕਲਣ ਦੇਣਾ। ਇਹ ਕਿਹੜਾ ਸਿਧਾਂਤ ਹੋਇਆ ਵੀ ਦੁਕਾਨਾਂ ਖੁੱਲ੍ਹ ਗਈਆਂ ਲੋਕ ਘਰਾਂ 'ਚੋਂ ਨਿਕਲਣੇ? ਦੂਸਰਾ ਨੰਬਰ, ਦੁਕਾਨਾਂ 5 ਵਜੇ ਬੰਦ ਹੋ ਗਈਆਂ ਅਤੇ ਠੇਕੇ ਰਾਤ ਨੂੰ 11 ਵਜੇ ਤੱਕ ਵੀ ਖੁੱਲ੍ਹੇ ਰਹੇ। ਅਸਲ ਅਸੀਂ ਆਪਣਾ ਜਲੂਸ ਕਢਾ ਲਿਆ ਪੰਜਾਬ ਦਾ ਕਿ ਸਾਡੀ ਗਵਰਨਮੈਂਟ ਜਿਹੜੀ ਆ ਉਹ ਸਿਰਫ ਤੇ ਸਿਰਫ ਸ਼ਰਾਬ ਤੇ ਮਨਸਰ ਕਰਦੀ ਆ। ਜੇ ਸ਼ਰਾਬ ਵਿਕੇਗੀ ਤਾਂ ਸਾਡਾ ਸੂਬਾ ਚੱਲੇਗਾ। ਜਦਕਿ ਚਾਹੀਦਾ ਇਹ ਸੀਗਾ, ਚਾਹੀਦਾ ਇਹ ਸੀ ਕਿ ਅਸੀਂ ਆਰਥਿਕ ਕ੍ਰਾਈਸਿਸ ਦੇ ਵਿੱਚ ਹੈਗੇ ਹਾਂ, ਸਾਡੇ ਕੋਲ ਓਨਾ ਰੈਵਨਿਊ ਨਹੀਂ ਆ ਰਿਹਾ। ਚਾਹੀਦਾ ਸੀਗਾ ਪੰਜਾਬ ਦੇ ਅੰਦਰ ਜਿਹੜਾ ਮਾਫੀਆ ਸਕਰੀਆ ਹੈਗਾ ਨਾ, ਉਸ ਮਾਫੀਆ ਨੂੰ ਨਕੇਲ ਪਾਈ ਜਾਂਦੀ। ਉਹ ਚਾਹੇ ਮੰਤਰੀਆਂ ਨੇ ਰੌਲਾ ਪਾ ਲਿਆ ਵੀ ਲਿਕਰ ਮਾਫੀਆ ਪੰਜਾਬ ਦੇ ਵਿੱਚ, ਸ਼ਰਾਬ ਮਾਫੀਆ ਕੀ ਬਣਿਆ, ਉਹ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੈਂ ਵਾਈਟ ਪੇਪਰ ਲੈ ਕੇ ਆ ਰਿਹਾ। 650 ਕਰੋੜ ਦਾ ਗਬਨ ਇਹ 3 ਸਾਲਾਂ ਦੇ ਅਰਸੇ ਦੇ ਵਿੱਚ, ਚਾਹੇ ਉਹ ਰੇਤ ਬਜਰੀ ਦੀ ਗੱਲ ਆ, ਚਾਹੇ ਉਹ ਟਰਾਂਸਪੋਰਟ ਦੀ ਗੱਲ ਆ। ਚਾਹੀਦਾ ਸੀਗਾ ਵੀ ਇਹਨਾਂ ਮਾਫੀਆ ਦੇ ਉੱਤੇ ਕਾਬੂ ਪਾਉਂਦੇ। ਹੁਣ ਜਿਹੜਾ ਨਾਈਟ ਕਰਫਿਊ ਆ, ਹੁਣ ਨਾਈਟ ਨੂੰ ਤਾਂ ਵੈਸੇ ਹੀ ਕਰਫਿਊ ਲੱਗਿਆ ਹੁੰਦਾ, ਰਾਤ ਵੇਲੇ ਕੌਣ ਬਾਜ਼ਾਰਾਂ ਦੇ ਵਿੱਚ ਆਉਂਦਾ? ਸੋ ਇਹ ਹਾਸੋਹੀਣੀ ਸਥਿਤੀ ਇਸ ਕਰਕੇ ਪੈਦਾ ਹੋਈ ਆ ਕਿ ਸੈਲਫ ਕੁਆਰੰਟਾਈਨ ਮੁੱਖ ਮੰਤਰੀ ਸਾਹਿਬ, ਇਹ ਫੈਸਲੇ ਸਾਰੀ ਜਿਹੜੀ ਆ ਅਫਸਰਸ਼ਾਹੀ, ਤਰ੍ਹਾਂ ਤਰ੍ਹਾਂ ਦੇ ਨਾਦਰਸ਼ਾਹੀ ਹਾਸੋਹੀਣੇ ਫਰਮਾਨ ਜਾਰੀ ਕਰਕੇ ਪੰਜਾਬ ਦਾ ਪੂਰੀ ਦੁਨੀਆਂ ਦੇ ਅੰਦਰ ਇੱਕ ਮਿਆਰ ਗ੍ਰਾਫ ਜਿਹੜਾ ਥੱਲੇ ਲੈ ਕੇ ਆ ਰਹੀ ਹੈ। ਜਿਹੜੇ WHO ਵੱਲੋਂ ਜਾਂ MHA ਵੱਲੋਂ, ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਸਮੇਂ ਸਮੇਂ 'ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਆ, ਸੋ ਮੇਰੀ ਸਾਰੇ ਪ੍ਰਬੰਧਕਾਂ ਨੂੰ ਵੀ ਅਪੀਲ ਹੈਗੀ ਆ, ਪ੍ਰਬੰਧਕ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਅਤੇ ਚਾਹੇ ਉਹ ਲੋਕਲ ਕੋਈ ਗੁਰਦੁਆਰਾ ਜਾਂ ਮੰਦਰ ਕਮੇਟੀ ਹੈਗੀ ਆ, ਨਿਯਮਾਂ ਅਤੇ ਸ਼ਰਤਾਂ ਦਾ ਪਾਲਣ ਸਾਨੂੰ ਸਾਰਿਆਂ ਨੂੰ ਜ਼ਰੂਰ ਕਰ ਲੈਣਾ ਚਾਹੀਦਾ ਹੈ। ਕੋਈ ਵੀ ਹੋਵੇ, ਇਨਸਾਨ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਬੜੀ ਕੀਮਤੀ ਆ, ਸੋ ਅਸੀਂ ਨਿਯਮਾਂ ਅਤੇ ਸ਼ਰਤਾਂ ਦਾ ਪਾਲਣ ਕਰਦੇ ਹੋਏ, ਚਾਹੇ ਉਹ ਪ੍ਰਸ਼ਾਦ ਹੈਗਾ, ਚਾਹੇ ਉਹ ਲੰਗਰ ਹੈਗਾ, ਜੋ ਸਾਨੂੰ ਨਿਯਮ ਅਤੇ ਸ਼ਰਤਾਂ ਇਸ ਬਿਮਾਰੀ ਤੋਂ ਬਚਣ ਵਾਸਤੇ ਨਿਰਧਾਰਿਤ ਕੀਤੇ ਗਏ, ਉਹਨਾਂ ਦਾ ਪਾਲਣ ਲਾਜ਼ਮੀ ਕਰਨਾ ਚਾਹੀਦਾ। ਚਲਾਇਓ ਹੁਣ, ਅਸੀਂ ਤਾਂ ਫੇਰ ਦੂਰ ਬੈਠੇ ਹਾਂ ਤੇ ਤੁਹਾਡੇ ਮੀਡੀਆ ਵਾਲੇ ਇੱਕ ਦੂਜੇ ਦੇ ਮੋਹਰਾਂ ਦੇ ਉੱਤੇ ਚੜੇ ਬੈਠੇ। ਦੋ ਸਾਰਿਆਂ ਨੂੰ, ਜੇ ਮੈਂ ਕੁਛ ਬੋਲੂੰਗਾ ਮੈਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੂੰਗਾ, ਮੈਂ ਫੇਰ ਬੋਲੂੰਗਾ ਵੀ ਹਾਂ ਵੀ ਇਹ ਠੀਕ ਹੈਗਾ। ਸੋ ਮੈਂ ਫਿਰ ਕਹੂੰਗਾ, ਕਿਉਂਕਿ ਮਾਸਕ ਪਾ ਕੇ ਬੋਲਣਾ ਥੋੜ੍ਹਾ ਡਿਫੀਕਲਟ ਹੈਗਾ, ਆਈ ਰੀਅਲੀ ਰੀਗਰੈਟ ਕਿ ਮੈਂ ਮਾਸਕ ਨਹੀਂ ਪਾਇਆ ਹੋਇਆ, ਬਟ ਮੈਂ ਡਿਸਟੈਂਸ ਥੋੜ੍ਹਾ ਮੇਨਟੇਨ, ਮੇਰੀ ਆਦਤ ਹੈਗੀ ਆ, ਮੈਂ ਦਫ਼ਤਰ ਉਸੇ ਦਿਨ ਤੋਂ ਚਲਾ ਰਿਹਾ, ਦਫ਼ਤਰ ਮੇਰਾ ਬੰਦ ਨਹੀਂ ਪਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਕੇ। ਤੁਸੀਂ ਕਿਤੇ ਆਪਣਾ ਕੋਈ ਕੈਮਰਾਮੈਨ ਰਿਪੋਰਟਰ ਭੇਜੋ, ਤਰੀਕੇ ਦੇ ਨਾਲ ਸੋਸ਼ਲ ਡਿਸਟੈਂਸਿੰਗ ਪੂਰਾ ਮੱਦੇਨਜ਼ਰ ਰੱਖਦੇ ਹੋਏ, ਫਿਰ ਲੋਕਾਂ ਦਾ ਕੰਮ, ਲੋਕਾਂ ਦੀਆਂ ਦਿੱਕਤਾਂ ਸਮੱਸਿਆਵਾਂ। ਸੋ ਮੇਰੀ ਅਪੀਲ ਸਾਰਿਆਂ ਨੂੰ ਹੈਗੀ ਆ, ਆਪਣੀ ਪੀੜ੍ਹੀ ਹੇਠ ਸੋਟਾ ਫੇਰਦੇ ਹੋਏ ਕਿ ਸਾਡੇ ਕੋਲ ਹਜੇ ਇਲਾਜ ਕੋਈ ਨਹੀਂ, ਪਰਹੇਜ਼ ਹੀ ਇਲਾਜ ਹੈ। ਮੈਂ ਦੱਸਦਾ, ਬਾਦਲਾਂ ਦੇ ਵੇਲੇ ਅਲੀ ਬਾਬਾ 40 ਚੋਰ ਸੀਗਾ ਪ੍ਰੋਗਰਾਮ, ਅਲੀ ਬਾਬਾ 40 ਚੋਰ BJP ਐਂਡ ਅਕਾਲੀ ਦਲ ਦੀ ਗਵਰਨਮੈਂਟ ਦੇ ਵਿੱਚ ਸੀ। ਇੱਕ ਬਾਬਾ ਸੀਗਾ, ਉਹ ਨਿਰਦੇਸ਼ ਦਿੰਦਾ ਸੀ ਕਿ ਕਿਹੜੀ ਟੀਮ ਰੇਤਾ ਬਜਰੀ ਚੋਰੀ ਕਰੂਗੀ, ਕਿਹੜੀ ਟੀਮ ਲਿਕਰ ਮਾਫੀਆ ਚਲਾਊਗੀ, ਕਿਹੜੀ ਟੀਮ ਕੇਵਲ ਮਾਫੀਆ ਦੇ ਉੱਤੇ ਕਾਬਜ਼ ਹੋਊਗੀ। ਅਲੀ ਬਾਬਾ 40 ਚੋਰ। ਹੁਣ ਅਫਸੋਸ ਹੈ ਕਿ ਇੱਥੇ ਬਾਬਾ ਕੋਈ ਨਹੀਂ ਹੈਗਾ, ਇੱਥੇ ਸਾਰੇ ਹੀ ਚੋਰ ਹੀ ਚੋਰ ਆ। ਨਿਤ ਨਵੇਂ ਨਵੇਂ ਕੈਬਨਿਟ ਦੇ ਅੰਦਰ ਵਜ਼ੀਰਾਂ ਨੇ ਝੰਡਾ ਚੱਕਿਆ ਚੀਫ ਸੈਕਟਰੀ ਦੇ ਵਰਖਿਲਾਫ਼, ਅਤੇ ਕੀ ਉਹਦਾ ਨਿਕਲਿਆ ਕੀ ਰਿਜ਼ਲਟ? ਇਹਦਾ ਮਤਲਬ ਕੀ ਹੋਇਆ ਕਿ ਝੰਡਾ ਚੱਕਣ ਵਾਲੇ ਵਜ਼ੀਰਾਂ ਦੇ ਨਾਲ ਜਿਹੜੀ ਪਰਸੈਂਟੇਜ ਸ਼ੇਅਰ ਕੋਈ ਘੱਟ ਸੀਗਾ ਉਹ ਪੂਰਾ ਹੋ ਗਿਆ। ਇਸ ਕਰਕੇ ਕਰਨ ਅਵਤਾਰ ਸਿੰਘ ਦੁਬਾਰਾ
चीफ सैकटरी के अहदे के उत्ते उ करन अवतार जी तो 650 करोड़ लिकर माफिया का सब तो वड्डा दोष उहदे बेटे ते लग्या ते अज उहदे नाल ही हैंड एंड ग्लव्स हो गया काम। सो इस करके पंजाब के अंदर जिहड़ी कांग्रेस के अंदर अंदरली पटोताड़ हैगी ना आफा ताफी पई हुई है भी मैं समान वध किवें इकट्ठा करना यह पंजाबियों के जी का जंजाल बनी हुई है। ਸੋ ਇਹ ਧੜੇਬੰਦੀ ਨੂੰ ਰੋਕਣ ਵਾਸਤੇ ਕਾਂਗਰਸ ਹਮੇਸ਼ਾ ਜਿਹੜੀ ਆ ਉਹ ਹੱਥਕੰਡੇ ਅਪਣਾਉਂਦੀ ਰਹੀ ਆ ਵੀ ਕਿਵੇਂ ਆਪਣੇ ਐਮ ਐਲ ਏਜ਼ ਨੂੰ ਮਿਨਿਸਟਰਸ ਨੂੰ ਸੈਟਿਸਫਾਈਡ ਕਰਕੇ ਰੱਖਣਾ ਤਾਂ ਜੇ ਕੋਈ ਜਵਾਲਾਮੁਖੀ ਨਾ ਫਟ ਜਾਵੇ। ਸੋ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈਗਾ ਕਿ ਉਹਨਾਂ ਨੇ ਜਿਹੜਾ ਰੀਸ਼ਫਲ ਕਰਨਾ ਵਧਾਉਣਾ ਘਟਾਉਣਾ ਕਿਸੇ ਨੂੰ ਮੰਤਰੀ ਲਾਉਣਾ ਕਿਸੇ ਨੂੰ ਹਟਾਉਣਾ ਪਰ ਕਾਂਗਰਸ ਹਾਈ ਕਮਾਂਡ ਇੱਕ ਪੈਰਾਮੀਟਰ ਜ਼ਰੂਰ ਬਣਾਵੇ ਕਿ ਉਸ ਬੰਦੇ ਨੂੰ ਮੰਤਰੀ ਮੰਡਲ ਦੇ ਵਿੱਚ ਜਿਹੜਾ ਪੰਜਾਬ ਪ੍ਰਤੀ ਲੋਇਲ ਹੈਗਾ ਜਿਹੜਾ ਕੋਈ ਠੱਗੀ ਠੋਰੀ ਨਹੀਂ ਕਰੇਗਾ ਜਿਹੜਾ ਇਸ ਮਾਫੀਆ ਨੂੰ ਨਕੇਲ ਪਾਉਣ ਲਈ ਇੱਕ ਜੁਰਤ ਤੇ ਜਜ਼ਬਾ ਰੱਖੂਗਾ ਮੇਰਾ ਇਸ਼ਾਰਾ ਤੁਸੀਂ ਸਮਝ ਗਏ ਉਹਨਾਂ ਲੋਕਾਂ ਨੂੰ ਅੱਜ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਅੱਗੇ ਨਾ ਲਿਆਂਦਾ ਸੀ ਜਿਹੜਾ ਸਿੱਧੂ ਸਾਹਿਬ ਸੀਗੇ ਸਿੱਧੂ ਸਾਹਿਬ ਬਾਹਰ ਬੈਠੇ ਨੇ ਚੁੱਪ ਕਰਕੇ ਹੁਣ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਾਣਗੇ ਬਟ ਤੁਹਾਡਾ ਹੁਣ ਕੀ ਵਰਸ਼ਨ ਕੀ ਹੋ ਸਕਦਾ ਹੈ ਸਿੱਧੂ ਸਾਹਿਬ ਜੇ ਮੈਂ ਇਹ ਕਹਾਂਗੀ ਅਸੀਂ 2017 ਦੇ ਵਿੱਚ ਵਾਜ਼ੇ ਪੰਜਾਬ ਫੋਰਮ ਬਣਾਇਆ ਜਾਤੀ ਤੌਰ 'ਤੇ ਉਹਨਾਂ ਦੇ ਨਾਲ ਚੰਗੀ ਨੇੜਤਾ ਮੈਨੂੰ ਨਹੀਂ ਲੱਗਦਾ ਮੇਰਾ ਤਜ਼ਰਬਾ ਇਹ ਗੱਲ ਕਹਿੰਦਾ ਕਿ ਸਿੱਧੂ ਸਾਹਿਬ ਹੋ ਸਕਦਾ ਕੋਈ ਫੈਸਲਾ ਲੈ ਜਾਣ ਮੈਂ ਇਹ ਨਹੀਂ ਕਹਿੰਦਾ ਪਰ ਮੇਰਾ ਤਜ਼ਰਬਾ ਇਹ ਕਹਿੰਦਾ ਵੀ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਵਾਲਾ ਕਦੇ ਵੀ ਫੈਸਲਾ ਨਹੀਂ ਲੈਣਗੇ। ਰਹਿ ਗਈ ਗੱਲ ਕਾਂਗਰਸ ਦੇ ਵਿੱਚ ਉਹਨਾਂ ਨੂੰ ਖੂੰਜੇ ਲਾਉਣ ਦੀ ਕਾਂਗਰਸ ਦੇ ਵਿੱਚ ਜਿੱਦਣ ਉਹਨਾਂ ਨੇ ਫੈਸਲਾ ਲਿਆ ਸੀ ਨਾ ਦਿੱਲੀ ਦੇ ਵਿੱਚ ਆਵਾਜ਼ੇ ਪੰਜਾਬ ਤੋਂ ਅਲੱਗ ਹੋ ਕੇ ਕਾਂਗਰਸ ਦੇ ਵਿੱਚ ਜਾਣਦਾ ਮੈਂ ਉਹਨਾਂ ਨੂੰ ਅੱਧੀ ਰਾਤ ਇਹ ਗੱਲ ਕਹਿ ਕੇ ਆਇਆ ਸੀ ਵੀ ਸਿੱਧੂ ਸਾਹਿਬ ਤੁਸੀਂ ਬਲੰਡਰ ਕਰਨ ਲੱਗੇ ਹੋ ਤੁਹਾਡੇ ਮੇਰੇ ਵਰਗਿਆਂ ਵਾਸਤੇ ਰਵਾਇਤੀ ਪਾਰਟੀਆਂ ਦੇ ਵਿੱਚ ਜਗ੍ਹਾ ਨਹੀਂ ਉੱਥੇ ਜਿੱਡਾ ਵੱਡਾ ਮਕਾਰ ਝੂਠਾ ਬੇਈਮਾਨ ਉਹਦੀ ਕਦਰ ਹੈਗੀ ਆ ਸੱਚ ਬੋਲਣ ਵਾਲਾ ਤੇ ਇਮਾਨਦਾਰ ਇਹਨਾਂ ਰਵਾਇਤੀ ਪਾਰਟੀਆਂ ਦੇ ਵਿੱਚ ਟਿਕ ਹੀ ਨਹੀਂ ਸਕਦਾ। ਹੁਣ ਕੀ ਰੋਲ ਕੀ ਰਹੇਗਾ ਉਹ ਸਿੱਧੂ ਸਾਹਿਬ ਦੱਸ ਸਕਦੇ ਆ ਪ੍ਰਗਟ ਸਿੰਘ ਦਾ ਕੀ ਰੋਲ ਉਹ ਪ੍ਰਗਟ ਜੀ ਦੱਸ ਸਕਦੇ ਆ ਮੈਨੂੰ ਮੇਰਾ ਰੋਲ ਪੁੱਛ ਸਕਦੇ ਨਹੀਂ ਮੈਂ ਕਹੀ ਜਾਂਦਾ ਮੈਨੂੰ ਉਹਨਾਂ ਦੇ ਸੁਭਾਅ ਦਾ ਮੈਨੂੰ ਉਹਨਾਂ ਦੇ ਆਚਰਣ ਦਾ ਗਿਆਨ ਹੈ ਮੈਂ ਆਪਣੇ ਤਜਰਬੇ ਅਨੁਸਾਰ ਦੱਸਦਾ ਵੀ ਆਮ ਆਦਮੀ ਪਾਰਟੀ 'ਚ ਨਹੀਂ ਜਾਣਗੇ। ਰਹਿ ਗਈ ਗੱਲ ਤੁਸੀਂ ਕਿਹਾ ਕਿ ਰੀਸ਼ੈਫਲ ਹੋ ਰਹੀ ਆ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜੇ ਇਮਾਨਦਾਰ ਅੱਛੇ ਲੋਕ ਹੈਗੇ ਆ ਪੰਜਾਬ ਨੂੰ ਬੁਲੰਦੀਆਂ 'ਤੇ ਲਿਜਾਣ ਦਾ ਸੁਪਨਾ ਰੱਖਦੇ ਆ ਉਹ ਲੋਕ ਅੱਗੇ ਆਉਣੇ ਚਾਹੀਦੇ ਆ। 2022 ਦੇ ਵਿੱਚ ਕੀ ਸਮੀਕਰਨ ਬਣਦੇ ਇਹ ਬੜਾ ਲੰਬਾ ਸਮਾਂ ਪਿਆ ਸਮੀਕਰਨ ਪੋਲੀਟੀਕਲੀ ਊਠ ਕਿਸ ਕਰਬਟ ਬੈਠਦਾ ਇਹਦੇ ਵਿੱਚ ਹਜੇ ਸਮਾਂ ਲੱਗੇਗਾ। ਸਾਡੀ ਪਾਰਟੀ ਮੇਰਾ ਖਿਆਲ ਜਿੰਨਾ ਸਭ ਤੋਂ ਵੱਡਾ ਸੰਘਰਸ਼ ਜੇ ਕਿਸੇ ਰਾਜਨੀਤਿਕ ਪਾਰਟੀ ਨੇ ਪੰਜਾਬ ਦੇ ਅੰਦਰ ਐਜੂਕੇਸ਼ਨ ਲੂਟ ਮਾਫੀਆ ਦੇ ਵਿਰੁੱਧ ਕਰੜੇ ਹੋ ਕੇ ਸਟੈਂਡ ਲਿਆ ਤੇ ਉਹ ਲੋਕ ਇਨਸਾਫ ਪਾਰਟੀ ਹੈ। ਉਹ ਚਾਹੇ ਜਸਵੀਰ ਬੱਗਾ ਜੀ ਆ ਚਾਹੇ ਜਰਨੈਲ ਨੰਗਲ ਜੀ ਆ ਉਹ ਸਾਡੇ ਲੁਧਿਆਣੇ ਤੋਂ ਜਾਂ ਸੰਗਰੂਰ ਤੋਂ ਸਾਰੇ ਜ਼ਿਲ੍ਹਿਆਂ ਦੇ ਅੰਦਰ ਜਾਂ ਅੰਮ੍ਰਿਤਸਰ ਤੋਂ ਲੋਕ ਇਨਸਾਫ ਪਾਰਟੀ ਐਜੂਕੇਸ਼ਨ ਲੂਟ ਮਾਫੀਆ ਦੇ ਅਗੇਂਸਟ ਪੇਰੈਂਟਸ ਦੇ ਨਾਲ ਨਾਲ ਨਹੀਂ ਅੱਗੇ ਲੱਗ ਕੇ। ਸੋ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਸਿੱਖਿਆ ਮੰਤਰੀ ਸਾਹਿਬ ਦਾ ਇਹ ਸਟੇਟਮੈਂਟ ਸੀਗਾ ਕਿ ਕੋਈ ਫੀਸ ਦੇਣ ਦੀ ਲੋੜ ਨਹੀਂ ਜਿਹੜਾ ਸਿੱਖਿਆ ਬੋਰਡ ਦੇ ਨਾਲ ਅਫੀਲੀਏਟਡ ਸਕੂਲ ਆ ਉਹ ਸਾਡੇ ਹੱਥ 'ਚ ਆ ਜਿਹੜਾ CBSE ਦਾ ਉਹ NOC ਅਸੀਂ ਦਿੱਤੀ ਆ ਰੱਦ ਕਰ ਦਿਆਂਗੇ ਅਫੀਲੀਏਸ਼ਨ ਵੀ ਅਤੇ NOC ਵੀ। ਉਹ ਬਿਆਨ ਉਹਨਾਂ ਨੂੰ ਵਾਪਸ ਲੈਣਾ ਪਿਆ ਕਿਉਂਕਿ ਬੜਾ ਪਾਵਰਫੁੱਲ ਐਜੂਕੇਸ਼ਨ ਲੂਟ ਮਾਫੀਆ ਇਹ ਕਰੋੜਾਂ ਰੁਪਈਆ ਦੋਸਤ ਇਹਨਾਂ ਪਾਰਟੀਆਂ ਨੂੰ ਚੰਦੇ ਦੇ ਰੂਪ 'ਚ ਦਿੰਦਾ ਮੂੰਹ ਖਾਵੇ ਅਤੇ ਅੱਖ ਸ਼ਰਮਾਵੇ। ਕੀ ਮਜਾਲ ਕਿਸੇ ਪ੍ਰਾਈਵੇਟ ਐਜੂਕੇਸ਼ਨ ਚਲਾਉਣ ਵਾਲੇ ਪ੍ਰਬੰਧਕ ਦੀ ਕਿ ਉਹ ਲੋਕਾਂ ਨੂੰ ਲੁੱਟ ਜਾਵੇ ਜੇ ਮੁੱਖ ਮੰਤਰੀ ਖੁਦ ਇਮਾਨਦਾਰ ਹੋਵੇ। ਕੀ ਮਜਾਲ ਕਿ ਹਰ ਸਾਲ ਕੜਕਦੀ ਧੁੱਪ ਦੇ ਵਿੱਚ ਭਰ ਗਰਮੀ ਦੇ ਵਿੱਚ ਪੇਰੈਂਟਸ ਨੂੰ ਭੁੰਜੇ ਗਰਮ ਤਪਦੀ ਸੜਕ ਦੇ ਉੱਤੇ ਬਹਿਣਾ ਪਵੇ ਚਾਹੇ 10 ਸਾਲ ਬਾਦਲਾਂ ਦੇ ਸੀ ਅਤੇ ਚਾਹੇ 3 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਾਵਰਫੁੱਲ ਲੋਕ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਚੰਦਾ ਦੇ ਕੇ ਇਹਨਾਂ ਦਾ ਮੂੰਹ ਬੰਦ ਰੱਖਦੇ ਆ ਪਾਲਿਸੀਆਂ ਆਪਣੇ ਅਨੁਕੂਲ ਬਣਾਉਂਦੇ।